गुड मॉर्निंग, आ गई प्योती दी जोड़ी। गुड मॉर्निंग, तुहानू सब नमस्कार। नमस्कार जी, सत श्री अकाल। ओ विनोद, चाह दे। तबीयत ठीक है सब दी? बस बढ़िया। काम ठीक चल रहा? हाँ हाँ। वाह, ले आ फिर। हाय ओरे बा, बहुत गर्म है प्रीति, फड़। कुछ ज्यादा ही गर्म है, ध्यान नाल जरा है। मैं क्या सी ना, आराम नाल फाड़, हाथ सड़ जाऊगा तेरा। ओ मैं की पूछ रहा सी, आज ताश खेडन आएगा ना? हाँ, ताश दा खेड़ है भाई, बहुत बड़ी गल है मेरे लिए। बाऊजी। हाँ। मैं कह रही हूँ जैतवारिया, आज भी तुसी अगर कार नहीं गए ना तो माँ बहुत गुस्सा करेंगी। ओ तू फिकर ना कर, ओ तू रहन दे, मैं सब मैनेज कर लूंगा। माँ दा डर दिखा रही है, वे वजह। ओ सुनो, पिछली बार तुसी जीते सी ना, इस बार मेरी बारी है। अशोक भाजी नु बुलायो, देखूंगा कितना बड़ा खिलाड़ी है। बहुत बढ़िया, तुसी इत्थे बैठो, चाय पियो, गला करो, मस्ती करो। और जरूरी काम तो तुहानू याद ही नहीं है? नहीं नहीं, बहुत बढ़िया, बैठो बैठो। भला जरूरी केड़ा काम? ओए होए बाजार चलना, फिर खड़ी क्यों है? आराम नाल, एदा अचानक आओगे तो मेरे उत्ते चाय गिर जानी है ना। ओ नहीं नहीं, लिया मेनू दे, फड़ा 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 फड़ा। आराम नाल। हुन गर्म नहीं है। चलो फिर दोस्तों, हुन मैं चलदा। अच्छा, छेती चल, बाजार च बहुत भीड़ हो जाऊगी। फूल गोभी चाहिए है? आ देख भाजी, फूल गोभी देसी आ? ओ पाजी, अजे देसी फूल गोभी कितों मिलेगी, ऐस मौसम च तां यही मिलेगी। हादी हो गई यार, एक किद्दां दा मार्केट है। कोई इधर पैर रख रहा, कोई पैरां दे उत्ते चढ़ रहा। ते सब्जी दी गल करा, ओ तां खरीदन लायक बिल्कुल भी नहीं सी, ते जड़ी चंगी सब्जी सी ओ मैं सब खरीद के ले आया। गोभी है, भिंडी है। ओ मां, की होया, रौला कदा पाया है? मां, अज इतवार हैगा है, फिर तुसी मैनूं क्यों जगा रहे हो? सोण दिओ ना। इस घर दे अंदर ना बंदा आराम नाल सो भी नहीं सकदा। घर नूं मच्छी मार्केट बनाया हुआ, दसो की हो गया है? दसो, अजकल तेरे प्यो ते दीदी नूं पिंड दे तालाब दे छोटी छोटी मछलियां बहुत याद आ रहियां ने, इन्हां नूं रोज मच्छी खानी है। दीदी, ओ तुसी फिर तो छोटी मच्छी लै के आए हो। ਤੁਹਾਨੂੰ ਪਤਾ ਮੈਨੂੰ ਛੋਟੀ ਮੱਛੀ ਬਿਲਕੁਲ ਪਸੰਦ ਨਹੀਂ ਹੈ, ਮੈਂ ਬਿਲਕੁਲ ਨਹੀਂ ਖਾਵਾਂਗਾ। ਤੁਸੀਂ ਮੈਨੂੰ ਜਿੰਨੀ ਮਰਜ਼ੀ ਬੋਲ ਲਓ, ਹਾਂ ਬਿਲਕੁਲ ਨਹੀਂ ਖਾਵਾਂਗਾ। ਮੇਰਾ ਛੱਡੋ, ਮੇਰਾ ਛੱਡੋ, ਮੈਂ ਕਹਿੰਦਾ ਛੱਡੋ, ਹਾਂ ਛੱਡੋ। ਅੱਜ ਇਤਵਾਰ ਹੈ ਔਰ ਤੈਨੂੰ ਅਕਲ ਵੀ ਨਹੀਂ ਆ? ਐਤਵਾਰ ਹੈ, ਤੂੰ ਇੰਨੀ ਦੇਰ ਤੱਕ ਸੁੱਤਾ ਹੋਇਆ, ਇਹਦਾ ਕੋਈ ਮਤਲਬ ਬੰਦਾ ਆ? ਤੈਨੂੰ ਚੰਗੀ ਤਰ੍ਹਾਂ ਪਤਾ ਹੈ ਪਿੰਟੂ ਕਿ ਅੱਜ ਇੱਕ ਦਿਨ ਬਾਊਜੀ ਕਰਤੇ ਆ, ਤੇ ਅਸੀਂ ਜਲਦੀ ਜਲਦੀ ਉਠਾਂਗੇ, ਰੋਟੀ ਖਾਵਾਂਗੇ, ਬਾਹਰ ਜਾਵਾਂਗੇ, ਮਸਤੀ ਕਰਾਂਗੇ। ਲੇਕਿਨ ਨਹੀਂ, ਤੂੰ ਤੇ ਅੱਖਾਂ ਬੰਦ ਕਰਕੇ ਸਾਰਾ ਦਿਨ ਸੁੱਤਾ ਰਹਿ। ਜੇ ਤੁਹਾਡਾ ਗਿਆਨ ਦੇਣਾ ਖਤਮ ਹੋ ਗਿਆ ਹੋਵੇ ਨਾ ਤਾਂ ਬ੍ਰਸ਼ ਕਰ ਲਵਾਂ, ਸਿਰ ਤੋਂ ਬੈਠੀ ਵੀ ਨਹੀਂ ਪੀਤੀ, ਗਿਆਨ ਦੇਣ ਲੱਗ ਪਈ ਮੈਨੂੰ ਮੰਮੀ। ਆਪਣੀ ਕੁੜੀ ਨੂੰ ਸਮਝਾ ਲਓ, ਬਾਹਰੋਂ ਗਿਆਨ ਦੇ ਬਾਊਜੀ। ਤੁਸੀਂ ਆਪਣੇ ਮੁੰਡੇ ਨੂੰ ਸਮਝਾ ਲਓ, ਬਹੁਤ ਹੀ ਜਲਦੀ ਗੁੱਸਾ ਹੋ ਜਾਂਦਾ ਹੈ। ਹਾਂ ਪ੍ਰੀਤੀ, ਤੇ ਤੁਹਾਨੂੰ ਦੋਵਾਂ ਨੂੰ ਕਹਿ ਰਹੀ ਹਾਂ, ਮੇਰੀ ਰਸੋਈ ਘਰ ਵਿੱਚ ਵੜ ਕੇ ਗੰਦਗੀ ਨਾ ਮਚਾਓ, ਮੈਨੂੰ ਸਾਫ਼ ਸਫਾਈ ਬਹੁਤ ਪਸੰਦ ਹੈ। ਮੈਂ ਤੁਹਾਨੂੰ ਦੋਵਾਂ ਨੂੰ ਪਹਿਲਾਂ ਹੀ ਦੱਸ ਦਿੰਦੀ ਹਾਂ, ਤੁਹਾਡੀ ਗੰਦੀ ਆਦਤ ਹੈ, ਮੈਨੂੰ ਰਸੋਈ ਸਾਫ਼ ਚਾਹੀਦੀ ਹੈ। ਤੁਹਾਨੂੰ ਦੋਵਾਂ ਨੂੰ ਸਮਝ ਆ ਰਿਹਾ ਨਾ ਕਿ ਮੈਂ ਆਖੀ ਤੁਹਾਨੂੰ ਦੋਨਾਂ ਨੂੰ ਕੀ ਕਹਿ ਰਹੀ ਹਾਂ? ਸੁਣ ਲਿਆ ਨਾ? ਤੇ ਤੂੰ, ਤੁਸੀਂ ਦੋਵੇਂ ਸਮਝ ਰਹੇ ਹੋ ਨਾ ਮੈਂ ਕੀ ਕਿਹਾ? ਹੈ ਇੰਨਾ, ਮੈਂ ਤਾਂ ਇੰਨੀ ਕਿੰਨੀ ਪੂੜੀਆਂ ਖਾਣੀ। ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਮੈਂ ਤਾਂ ਬਸ ਇੱਕ ਹੀ ਖਾਵਾਂਗਾ। ਮੈਂ ਜਿਹੜੇ ਪਿੰਡ ਤੋਂ ਆ ਨਾ, ਉੱਥੇ ਪੂੜੀ ਤੇ ਪਰਾਂਠੇ ਰੋਜ਼ ਹੀ ਬਣਦੇ ਸੀ। ਅਸੀਂ ਸਾਰੇ ਇਕੱਠੇ ਬੈਠ ਕੇ ਬਣਾਉਂਦੇ ਸੀ, ਇੱਕ ਪਾਸੇ ਪੂੜੀਆਂ ਬਣਦੀਆਂ ਸੀ, ਇੱਕ ਪਾਸੇ ਪਰਾਂਠੇ ਬਣਦੇ ਸੀ, ਇੱਕ ਪਾਸੇ ਗੋਭੀ ਦੀ ਸਬਜ਼ੀ ਬਣਦੀ ਸੀ। ਓਏ ਜਿਹੜੀ ਖੁਸ਼ਬੂ ਆਉਂਦੀ ਸੀ, ਕੀ ਕਹਿਣੇ ਉਹਦੇ। ਕੀ ਕਰ ਰਹੀ ਹੈ ਤੂੰ ਇਹ? ਇੰਨਾ ਮੈਂ ਤਾਂ ਇੰਨੀ ਕਿੰਨੀ ਪੂੜੀਆਂ ਖਾਏਂਗੀ ਤੂੰ? ਮੇਰੇ ਤੇ ਕੋਈ ਸਮਝ ਨਹੀਂ ਆ ਰਿਹਾ। ਪ੍ਰੀਤੀ ਸੁਣ, ਇਹ ਤੇਰੇ ਪਿਓ ਦਾ ਨਾ ਪਿੰਡ ਵਾਲਾ ਘਰ ਨਹੀਂ ਹੈ ਕਿ ਰਾਵਣ ਦਾ ਪਰਿਵਾਰ ਹੈ, ਇੰਨੀ ਸਾਰੀ ਰੋਟੀਆਂ ਖਾਣਗੇ ਇੱਥੇ, ਸਮਝੀ? ਤੇ ਤੂੰ ਗ੍ਰੀਨ ਟੀ ਪੀਏਂਗਾ ਮੁੰਡਿਆ? ਹੈ ਬਾਊਜੀ, ਬਾਊਜੀ ਮੈਂ ਕਹਿ ਰਹੀ ਆ, ਮਾਂ ਨੂੰ ਨਾ ਅੱਜ ਜੁਆਇੰਟ ਫੈਮਿਲੀ ਦਾ ਮਜ਼ਾ ਕੀ ਹੁੰਦਾ ਹੈ ਪਤਾ ਹੀ ਨਹੀਂ ਆ, ਕੀ ਕਰਾਂ ਦੱਸੋ ਤੁਸੀਂ। ਬਾਊ ਜੀ ਸੱਚੀ ਕਵਾਂ ਨਾ, ਜੇ ਮੈਂ ਜੁਆਇੰਟ ਫੈਮਿਲੀ ਤੇ ਰਹਿੰਦੀ ਨਾ ਤੇ ਬਹੁਤ ਮਜ਼ੇ ਕਰਦੀ, ਸੱਚੀ ਕਹਿ ਰਹੀ ਆ। ਮੈਂ ਤੇ ਰੋਜ਼ ਪਿਕਨਿਕ ਕਰਦੀ, ਸੱਚ ਕਿਹਾ ਨਾ ਬਾਊ ਜੀ। ਹੋਰ ਸੁਣੋ ਨਾ ਬਾਊ ਜੀ, ਆ ਜਿਹੜਾ ਗ੍ਰੀਨ ਟੀ ਦਾ ਚੱਕਰ ਆ ਨਾ, ਆ ਵੀ ਨਹੀਂ ਝੇਲਣਾ ਪੈਂਦਾ। ਗ੍ਰੀਨ ਟੀ ਪਹਿਲਾਂ ਕਿੱਥੇ ਸੀ? ਪਹਿਲਾਂ ਕਿੱਥੇ ਸੀ ਗ੍ਰੀਨ ਟੀ? ਉਹ ਤਾਂ ਤੇਰੀ ਮਾਸੀ ਲੈ ਕੇ ਆਈ, ਉਹਨੇ ਤਾਂ ਸ਼ੁਰੂਆਤ ਕੀਤੀ ਸੀ ਇਸ ਘਰ ਵਿੱਚ, ਤੇ ਸਾਰੇ ਲੋਕ ਵੀ ਉਹੀ ਪੀਂਦੇ ਨੇ। ਪਰ ਮੈਨੂੰ ਚੰਗੀ ਨਹੀਂ ਲੱਗਦੀ, ਮੈਨੂੰ ਤਾਂ ਚਾਹੀਦੀ ਫੁੱਲੀ ਹੋਈ ਪੂਰੀ ਨਾਲ ਗੋਭੀ ਦੀ ਸਬਜ਼ੀ ਤੇ ਨਾਲ ਗਰਮਾ ਗਰਮ ਚਾਹ। ਬਾਊ ਜੀ, ਬਾਊ ਜੀ ਮੈਂ ਵੀ ਤੁਹਾਡੀ ਟੀਮ ਤੇ ਆ।
कौन भला कौन बुला रहा है, कौन बुला रहा है? बस शुरू हो गए सवेर फोन आने। इन्हें फोन ने तो जान कट ली है। किन्ने किता हूं ओ ए हाँ जी जी दसो है की? एक की बोल रही है तू की तुसी सारे ही आन वाले हो? बहुत बढ़िया बहुत बढ़िया। देर क्यों कर रहे हो? छेती आओ छेती आओ छेती आओ बस। अच्छा अच्छा बाऊजी माँ दे आओ भाव कुछ ठीक नहीं लग रहे हैं। प्यार हो रहा तेज हवा आना लिया। लिली आ रही है कुछ तो सिली होएगा ही। रसोई का अच्छे जो जो काम हो रहा है उन्हें बंद कर दो। मेनू तुहाडे सारे नाल जरूरी गल करनी है। अज लवली ते अनुराग यानी कि ओदे ननान दा मुंडा जो कनाडा रहंदा है, लवली अज नु लेके अपने घर आ रही है। जाऊगा गर्म गर्म खाण दा मजा। आ देखो सर थल्ले लगा के इंज बैठी आ। मां तेरे लिए गर्म गर्म पूरी बनान लगी आ। खाड़ियां तो दस दे, नहीं खाड़ियां तो तेरी मर्जी। देख पिंटू मेरा दिमाग ना ऑलरेडी बहुत खराब आ, तो तू होर खराब ना कर। मेहरबानी करके पूरी खा ला, कोई फायदा नहीं मुंह फलान दा। तेरा ब्याह ते पक्का है अनुराग नाल। ਕਿੰਨੀ ਵਾਰ ਕਿਹਾ ਆ ਮੈਨੂੰ ਜੁਆਇੰਟ ਫੈਮਿਲੀ ਪਸੰਦ ਆ, ਮੈਨੂੰ ਜੁਆਇੰਟ ਫੈਮਿਲੀ ਤੇ ਵਿਆਹ ਕਰਨਾ ਹੈ। ਤੁਸੀਂ ਸਮਝਦੇ ਕਿਉਂ ਨਹੀਂ ਹੋ ਮੇਰੀ ਗੱਲ? ਮੈਂ ਚੰਗੀ ਤਰ੍ਹਾਂ ਸਮਝਦੀ ਹਾਂ ਤੂੰ ਕੀ ਕਹਿਣਾ ਚਾਹਨੀ ਹੈ, ਪਰ ਤੂੰ ਦੱਸ ਮੈਂ ਤੇਰੀ ਗੱਲ ਮੰਨਾ ਕਿਉਂ? ਤੇਰੇ ਤੇ ਤੇਰੇ ਪਿਓ ਦੇ ਦਿਮਾਗ 'ਚ ਜੋ ਇੱਕ ਜੁਆਇੰਟ ਫੈਮਿਲੀ ਦਾ ਭੂਤ ਸਵਾਰ ਹੈ ਨਾ, ਉਹਨੂੰ ਲੈ ਕੇ ਤੇ ਨਹੀਂ ਬੈਠੇ ਰਹਿ ਸਕਦੇ। ਅੱਛਾ ਤੇ ਤੁਸੀਂ ਮੇਰਾ ਜ਼ਬਰਦਸਤੀ ਵਿਆਹ ਕਰਾਉਣਾ ਚਾਹੁੰਦੇ ਹੋ? ਮੈਨੂੰ ਪੁੱਛੋਗੇ ਨਹੀਂ ਕਿ ਮੈਨੂੰ ਕੀ ਚਾਹੀਦਾ ਹੈ? ਤੂੰ ਇਹ ਗੱਲ ਕਿਉਂ ਕਹਿ ਰਹੀ ਹੈ ਪ੍ਰੀਤੀ? ਮੈਨੂੰ ਤਾਂ ਕੁਝ ਸਮਝ 'ਚ ਹੀ ਨਹੀਂ ਆ ਰਿਹਾ ਹੈ। ਪਹਿਲਾਂ ਤੂੰ ਇੱਕ ਵਾਰੀ ਅਨੁਰਾਗ ਨੂੰ ਮਿਲ ਤੇ ਲੈ। ਪਹਿਲਾਂ ਹੀ ਤੂੰ ਜੁਆਇੰਟ ਫੈਮਿਲੀ ਨਾ ਮਿਲਣ ਦੇ ਕਾਰਨ ਬਹੁਤ ਸਾਰੇ ਰਿਸ਼ਤੇ ਠੁਕਰਾ ਚੁੱਕੀ ਹੈ। ਦਿੱਕਤ ਕੀ ਹੈ ਤੈਨੂੰ ਮੈਨੂੰ ਦੱਸ ਦੇ ਸਹੀ, ਦੱਸ ਤੇ ਦੇ ਦਿੱਕਤ ਕੀ ਹੈ? ਅਨੁਰਾਗ ਵਧੀਆ ਮੁੰਡਾ ਹੈ, ਵਧੀਆ ਕਮਾਉਂਦਾ ਹੈ, ਵਧੀਆ ਫੈਮਿਲੀ ਹੈ। ਨਾ ਕੋਈ ਨਨਾ, ਨਾ ਕੋਈ ਭਰਾ, ਨਾ ਕੋਈ ਅੱਗੇ ਨਾ ਪਿੱਛੇ, ਇਕੱਲਾ ਘਰ ਹੈ। ਦਿੱਕਤ ਕੀ ਹੈ? ਤੁਸੀਂ ਦੋਵੇਂ ਇੱਕ ਘਰ ਵਿੱਚ ਰਹੋਗੇ ਤੇ ਤੇਰੇ ਸੱਸ ਸਹੁਰੇ ਵੱਖਰੇ ਘਰ 'ਚ। ਮੈਨੂੰ ਤੇ ਇਹਦੇ ਵਿੱਚ ਮਨਾ ਕਰਨ ਵਾਲੀ ਕੋਈ ਗੱਲ ਨਹੀਂ ਲੱਗ ਰਹੀ। ਚੱਲ ਮੈਨੂੰ ਇੱਕ ਗੱਲ ਦੱਸ, ਤੂੰ ਅੱਜ ਤੱਕ ਕਿੰਨੀ ਜੁਆਇੰਟ ਫੈਮਿਲੀ ਵਿੱਚ ਰਹੀ ਹੈ? ਤੇ ਅਸੀਂ ਪਿੰਡ ਵਾਲੇ ਘਰ ਤੋਂ ਤੇ ਕਦੋਂ ਤੇ ਸ਼ਹਿਰ ਵਿੱਚ ਆ ਗਏ ਹਾਂ? ਤੇ ਤੂੰ ਰਹਿ ਪਾਏਂਗੀ ਇੰਨੇ ਵੱਡੇ ਪਰਿਵਾਰ ਵਾਲੀ ਫੈਮਿਲੀ ਵਿੱਚ? ਜਮਾ ਨਾਮੁਮਕਿਨ। ਇਹ ਤੁਸੀਂ ਕੁਝ ਕਹਿੰਦੇ ਕਿਉਂ ਨਹੀਂ? ਮੇਰੇ ਤਾਂ ਸਮਝ ਤੋਂ ਬਾਹਰ ਹੈ। ਹਾਂ ਕਵਾਂਗਾ 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 ਜ਼ਰੂਰ ਕਵਾਂਗਾ। ਬਾਊਜੀ ਤੁਸੀਂ ਕੁਝ ਤੋਂ ਬੋਲੋ, ਸਮਝਾਓ ਮਾਂ ਨੂੰ। ਹਾਂ ਬੋਲਾਂਗਾ ਬੋਲਾਂਗਾ ਬੋਲੂੰਗਾ ਬੋਲੂੰਗਾ। ਕੀ ਬੋਲ ਰਹੇ ਹੋ ਤੁਸੀਂ? ਮਾਂ ਨੂੰ ਸਮਝਾਓ। ਮੈਨੂੰ ਨਹੀਂ ਇਹਨੂੰ ਸਮਝਾਓ, ਕੁਝ ਬੋਲਦੇ ਕਿਉਂ ਨਹੀਂ ਤੁਸੀਂ? ਮੈਨੂੰ ਥੋੜਾ ਬਾਹਰ ਜਾਣਾ ਹੈ। ਮਤਲਬ? ਮੈਂ ਤੁਹਾਨੂੰ ਦੱਸਿਆ ਨਾ ਅੱਜ ਲਵਲੀ ਤੇ ਅਨੁਰਾਗ ਆ ਰਹੇ ਨੇ ਸ਼ਾਮੀ। ਇਹਦੇ 'ਚ ਮੈਂ ਕੀ ਕਰਾਂ ਦੱਸ ਭਲਾ? ਹੈ ਤੇਰੀ ਭੈਣ ਹੈ ਨਾ, ਉਹ ਸਭ ਕੁਝ ਸੰਭਾਲ ਲਊਗੀ। ਹਾਂ ਬਾਊਜੀ ਮੈਂ ਵੀ ਤੁਹਾਡੇ ਨਾਲ ਜਾਵਾਂਗੀ, ਔਰ ਮੈਂ ਇਹ ਗੱਲ ਸਾਫ ਸਾਫ ਕਹਿ ਦਿੰਦੀ ਹਾਂ, ਮੈਂ ਇਹ ਵਿਆਹ ਸ਼ਾ ਹੁਣ ਨਹੀਂ ਕਰਨਾ। ਮੈਂ ਪਹਿਲਾਂ ਆਪਣੇ ਪੈਰਾਂ ਤੇ ਖੜੀ ਹੋਊਂਗੀ, ਫਿਰ ਇਹ ਵਿਆਹ ਦੀ ਗੱਲ ਹੋਗੀ। ਬਸ ਵਿਆਹ ਤੋਂ ਬਾਅਦ ਆਪਣੇ ਪੈਰਾਂ ਤੇ ਖੜੀ ਹੋ ਜਾਈ। ਅਨੁਰਾਗ ਨੂੰ ਇਸ ਵਿੱਚ ਵੀ ਕੋਈ ਦਿੱਕਤ ਨਹੀਂ ਹੈ। ਇੱਕ ਗੱਲ ਸੁਣ ਲਾ ਪ੍ਰੀਤੀ, ਤੇਰੀ ਇਸ ਬਕਵਾਸ ਵਿੱਚ ਤੇ ਭਾਵੇਂ ਲੱਖ ਬਹਾਨੇ ਮਾਰ ਲਾ, ਮੈਂ ਤੇਰੀ ਇੱਕ ਗੱਲ ਨਹੀਂ ਹੋਰ ਸੁਣਨੀ। ਅਨੁਰਾਗ ਨਾਲ ਹੀ ਤੇਰਾ ਵਿਆਹ ਹੋਣਾ ਹੈ ਤੇ ਇਹ ਮੇਰਾ ਆਖਰੀ ਫੈਸਲਾ ਹੈ।
लवली आओ आओ आ जाओ अनुराग अंदर। हेलो हेलो, असि कदो तो तुहाडे दोवां दा इंतजार कर रहे सी। होर सुनाओ सब ठीक है? हां जी हां जी बिल्कुल ठीक, तुसी बैठो। इत्थे इतना ट्रैफिक है ना, अनुराग दी हालत इतनी खराब हो गई। होर नहीं सकी। हे चिन नहीं पिंटू पिंटू राइट। और की हाल है? कूल कूल, एक्चुअली नॉट कूल, यू नो व्हाट, इट्स हॉट, यू नो व्हाट, इतनी गर्मी है कि मेरे खारिश हो रही है। आ देखो, आ देखो मेरी गर्दन पे। और की चल जाके एसी ऑन कर। एक मिनट फड़ायो ते, आ देख ले फड़ाओ। अच्छा सुनो, तुसी तुसी ना बैठो, मैं पानी लेके आनी है। ठीक है? अच्छा जी ठीक है। हेलो जी, पानी पियो। ओए छोटे, जा जाके दीदी नु बुला के ले के जा। हां बुला लो बुला लो पागल जा। हेलो जी, पानी पियो जी। थैंक यू। हे प्रीति, व्हाट अ ब्यूटी। की हाल चाल है? ठीक है, तुसी ठीक हो? मैं भी एकदम बढ़िया। मैं बस कहना। अनुराग तुसी बैठो ना, बैठो बैठो। हाँ जी आओ ना बैठो। तू की मुंह बना के खड़ी है, चल बैठ जा। आजा आजा बैठ जा बैठ जा। ता फिर की कर रहे हो तुसी? हिस्ट्री विच एमए कीती है। हिस्ट्री? आजकल दी जनरेशन नू हिस्ट्री चंगी लगदी है? मैनू लगदी है। छोटे जा, ओ प्रीति ने जो कुशन कवर डिजाइन किते लेके आ जा। प्रीति दे हाथ दा काम बहुत ही चंगा है। ले आ ले। इंटरेस्टिंग, पर मैनू मैनू समझ नहीं आ रहा कि इदा करांगे की, क्योंकि विदेश विच तां इह सब कोई खरीदेगा नहीं ना। मैं हले इनू विदेश ते एक्सपोर्ट करन दा सोचया भी नहीं आ। मैं क्या, प्रीति ते अनुराग चंगी तरह नाल गल नहीं कर सक रहे, इन्हां नू बाहर जान दियो। हां हां मां है, मन नू थोड़ी गल करनी, थोड़ा अंदर चलो। हो गया तनु हाथ छोड़, मैं चलो मैं आनी मां आनी चलो चलो मैं एक मिनट से आई बस होने आई। हां आनी आ मां। क्यों हो गया तनु, आ सब की हो रिया है? बाहर जान दी ते गल नहीं हुई सी? एकदम चुप कर जा, मासी दी एक प्रेस्टीज है, भूली ना, होण आ जा मां। ओहो जी मैं आ गई जी, बस वो भी आ ही रही, तुसी बैठो। प्रीति लेट्स गो, वी विल हैव फन। Canada is a fab place. You know, बहुत वधिया जगह है। अपने घर दे आसपास बिल्कुल शांति है। जिवें अपने इत्थे लोग इन्नी आवाज करदे ने ना, उत्थे तां बिल्कुल भी आवाज नहीं आंदी। You know, तुसी जिहड़ी जगह ते रहोगे ना, इट्स अ ब्यूटीफुल प्लेस। तुहानूं मजा आ जाना है। और अपने घर दे बैकयार्ड मतलब जस्ट पिछे एक बहुत वधिया जंगल है। जस्ट इमेजिन, सारा दिन तुसी स्नोफॉल देखोगे, कोई भी शोर शराबा नहीं, कोई भी इंसान नहीं, नहीं नहीं हाँ एक 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 आदमी है जो रोज अपने डॉग नु लेके बाहर निकलता है सैर करने लिए। पर एकदम सवेरे सवेरे जब सूरज भी नहीं निकलता, बस ओदो। और वो इंसान ना की होया, वो वापस आया? हाँ वापिस तो आंदा है, पर वो दूजे रस्ते तो आ जांदा है। पता है, एदा जांदा है ते एदा
देखो जब तुसी उते जाके रहोगे तो तुहानू अपने आप पता लग जाएगा। वेल फॉर नाउ असी अपनी एंगेजमेंट दी डेट कदों फिक्स करांगे। अच्छा मैनु एक गल दसो, मतलब तुहाडे घर दे पिछे जिहड़ा वड्डा जिहा जंगल आ, ओ जंगल ते कदी कदी जंगली जानवर भी आंदे आ? की? हाँ तेनु उल्टी आ रही है, तेनु मोशन सिकनेस हो रहा है। ओह माय गॉड, नहीं नहीं प्रीति प्लीज गड्डी रोको, छेती गिव मी अ सेकंड, गड्डी रोक रहे हैं। छेती रोको, एक मिनट, मैं क्या छेती रोको गड्डी। प्रीति, ओ माय गॉड, व्हाट प्रीति, हे चुकुता ना, व्हाट आर यू डूइंग प्रीति, वेट, नो 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 नो, लिसन लिसन बाऊजी, मैं की करा, तुसी ही दसो, मैनु ते ओदे नाल गड्डी ते बैंदा मन ही नहीं कर रहा सी। नहीं 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 नहीं, मैं ते हुन कार ही नहीं आना है। हाँ मैं अजे कार्ट ते आई हुई हाँ। हाँ तुसी कार जाओ, मैं आंदी हाँ। हाँ ठीक है। ओ बाजी, इते सारे वास्ते भेल बना दो और उते बहुत सारी मिर्चा पा दो। ओए प्रीति, जब तेनु गुस्सा आ जांदा तू सबनु खवान बह जांदी है, किसी नु पुछ लिया कर कौन खाएगा ते कौन नहीं। मतलब तुसी सारे कोई ते खाओगे ना? और वेक रुचि, तू ना मेरा दिमाग ना खराब कर, मेरा दिमाग ना ऑलरेडी बहुत खराब है क्योंकि मामला बहुत ज्यादा सीरियस है। माँ ने ना मेरे लिए एक रिश्ता वेख्या है, मासी दे ननान दा मुंडा अनुराग कनाडा ते किसी पासे रहंदा है और वो जगह भी काफी सुनसान है और मेनू भी उत्थे ले जाना चाहंदा है। ए ते चंगी गल है ना, तू राजी का तो नहीं हुई? अच्छा मैं किदा राजी हो जावा, इदा क्यों, और सारिया नु छड़ के मैं इन्नी दूर जावा? हां ए ते गलत है ना। ओ हां, पर तेनु ता जॉइंट फैमिली चाहिदी है ना? मैनू लोकां नाल रहना चंगा लगदा है और मैं बचपन तो ही जॉइंट फैमिली नु मिस करती हां। लग गई समझ? संभाल के दादी। हाँ हाँ, पैर संभाल के। हाँ। सोन पुत्र, तू एवे काम कर, जाके फूल लेके आ, मैं उन्नी देर उत्थे बैठनी है पौड़ियां चे। तुसी जा पाओगे? पौड़ियां ते काफी तिलकन है। ना ना, चली जाऊंगी, फिकर ना कर, तू जा फूल लेके आ। अच्छा ठीक है, तुसी आराम नाल जाना। हाँ, हाँ चल जाऊंगी, तू फिकर ना कर, फूल लेके आ। हाँ मैं फूल लेके आना, तुझे आराम ना। प्रीति वेख किन्ना सोना मुंडा आया ना, अपनी दादी नु लेके आया है, पूछा इना दी जॉइंट फैमिली आ की? तू ना बकवास ना करया कर। प्रीति चिट्टी गाने वेख की हो गया। वीर जी फूल देना, अंदर जाना ना। इधर कितना होया? 10 रुपए जी। की बड़े दिनों बाद आए? 10 रुपए एने जे फूलां दे 10 रुपए? 3 रुपए तो एक पैसा ज्यादा नहीं देना मैं। ओए पाजी, 3 रुपए ना फूल मिलदे ने? मेनू ना सिखा, मैं भी इत्थे दा ही रहण वाला, मैं हमेशा इत्थे आना, एने महंगे नहीं हैगे फूल। प्रीति संभाल के,
पानी से कोई जनानी डिग पई आ, ओए ओनु कोई बचाओ, पानी दा बहाव तेज हो गया। अरे भाजी की होया, ओए होना की आ, ओए सामने दे घाट ते एक बुड्ढी डिग पई आ, पानी बहुत गहरा है, बहाव भी बहुत तेज है, पता नहीं की होऊगा, कुछ समझ नहीं आउंदा। बीजी अखा खोलो, बीजी तनु कुछ भी नहीं होया, तुसी अखा खोलो बीजी। प्रीति तू आना दी पल्स वेक पल्स। दादी 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 की होया तनु, दादी अखा खोलो, की होया मेरे दादी नु, दादी की होया दादी नु, दादी अखा खोलो, दादी दादी उठो, कोई एक बारी प्लीज एम्बुलेंस नु फोन कर दो। तुसी इस तरह हाइपर ना हो, उन्हां नु कुछ भी नहीं होया, वो ठीक है, पल्स रेट भी ठीक है, तुसी ना घर ले जाके उन्हां नु थोड़ा जा गर्म दूध पिला दियो। बीजी अखा खोलो, वेखो तोड़े घर वाले आए आ, अखा खोलो। दादी चश्मा, दादी दादी चश्मा लगाओ। बार बार मना किया सी कि दो वारी गंगा दे विच ना नहाओ, तुसी मानदे नहीं हैगे, जे तुहानूं कुछ हो जांदा फिर रुको मैं घरे फोन करके सारे नूं दस दिंदा। पंज छे सत अठ नौ दस ग्यारां। आंटी जी ए दो पीस ते रह गए ने, ए भी रख दियां। दो पीस रख दिया, किन्नू देंगे दो पीस रावण दे परिवार च, सारे छाल मारंगे, छेती फ्रिज च रख दे। कोई सुन रहे है? कोई ते आके फोन चुको। कोई सुनदा ही नहीं है, ओए कोई फोन ते चुको भाई। दो पीस मच्छी दे ले, जान जा रही है कंजूस कितों दी। हद होगी, सारे काम मैंने करने पैंदे ने। उफ। हेलो? हेलो वड्डी भाभी। एते ना घटना घट गई है दादी दा। पैर फिसल गया ते दादी ना नहर च डिग पई। की? दादी पानी विच गिर गई? ए तू की कह रहे सौरभ? हो चाची जी सुन दो, चाची जी बेड़ा गर्क हो गया, दादी पानी च गिर गई, दादी हुन नहीं रही। बहन जी ए तुसी की कह रहे हो, दादी नहीं मतलब दादी नहीं रही, दादी गिर गई। सौरभ पाजी मैनू कुछ नहीं पता, चाचा जी सर्वनाश हो गया, दादी पानी च गिर गई, दादी नहीं। अरे बहन जी। वड्डी भाभी सुनो तो सही, तुसी अपना फोन वोन रखो हुन प्लीज, और इन्हां नू घर ले जाके थोड़ा गर्म दूध पिलाना होगा, इन्हां दा शरीर ठंडा पै रिहा है, इन्हां नू गड्डी ते ले जाना पड़ेगा। अरे सारी कोई आओ पढ़ो इन्हां नू, आराम नाल चलो दादी मां। ठीक आराम नाल आराम से हां आराम नाल बिल्कुल ध्यान नाल अब देखियो यार ध्यान नाल। दादी तुहानू तकलीफ तां नहीं हो रही? आराम नाल चलो, आराम नाल, हां आराम नाल। दादी गड्डी च बैठो। मैं कह रही हां बीजी कल्ले नहीं बैठ सकोगे, किसे नु इना नाल बैठना पड़ेगा। रुचि एक काम कर, मैं ते तू इना नु घर छड़ के आंदे आ। हां हां चलो चलो चलो। हां हां सही किया, हां हां तुसी लोग जाओ, जे कोई तकलीफ होवे ते सानू दस्यो। हां ठीक है ना जी। हां ठीक है, बीजी होर खड़े नहीं रह सकोगे, इना नु छेती छेती गड्डी ते बैठो। हां ठीक है। दादी रोल गई, सच्ची कह रही है? सच कह रही है, सौरभ ने मैंने फोन पे दसया, दादी नहीं रही, वह गई भाई। क्यों गया? की करांगे?
ਤੁਹਾਡੀ ਬਹੂ ਚੁੱਪ ਹੋ ਜਾਓ ਦੇਖੇ ਸੌਰਵ ਹੈ ਕਿੰਨੀ ਵਾਰ ਫੋਨ ਕਰ ਰਿਹਾ ਚੁੱਕ ਹੀ ਨਹੀਂ ਰਿਹਾ ਉਹਨਾਂ ਨੇ ਕਿਹਾ ਸੀ ਜਿੱਥੇ ਪਾਪਾ ਜੀ ਦਾ ਸੰਸਕਾਰ ਹੋਇਆ ਸੀ ਉੱਥੇ ਹੀ ਕਰਨਾ ਨਾ ਛੱਡੋ ਚਾਚੀ ਜੀ ਇਹ ਰੋਣਾ ਤੋਣਾ ਬੰਦ ਕਰੋ ਓਏ ਤੁਸੀਂ ਮੰਦਿਰ ਦੇ ਕੁੰਡ ਤੇ ਜਾਓਗੇ ਵੱਡੀ ਮਾਂ ਤੁਸੀਂ ਚੰਗੀ ਤਰ੍ਹਾਂ ਸੁਣਿਆ ਤਾਂ ਸੀ ਨਾ ਸਾਰੋ ਨੇ ਇਹ ਕਿਹਾ ਸੀ ਦਾਦੀ ਪੈ ਗਈ ਜੀ ਉਹ ਫੋਨ ਨਹੀਂ ਚੱਕਦੇ ਪਏ ਮੈਂ ਵੇਖ ਕੇ ਆਣਾ ਉਹ ਠੀਕ ਤਾਂ ਹੈਗੇ ਹਾਂ ਹਾਂ ਚੱਲ ਆ ਦੇ ਜਾ ਕੇ ਵੇਖ ਆ ਗਏ ਵੇਖੋ ਆ ਗਏ ਆਰਾਮ ਨਾਲ ਬੀਜੀ ਆਰਾਮ ਨਾਲ ਹਾਂਜੀ ਹੱਥ ਦੋ ਬੁੱਢੀ ਮਾਂ ਜੀ ਤੁਸੀਂ ਤਾਂ ਕਿਹਾ ਸੀ ਬੁੱਢੀ ਮਾਂ 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 ਤੂੰ ਹੁਣ ਠੀਕ ਹੈ ਨਾ ਆਓ ਅੰਦਰ ਆ ਠੀਕ ਹੋ ਇਡੜ ਹੈ ਗਏ ਤੂੰ ਕੁਛ ਹੀ ਬੋਲਦੀ ਰਹਿੰਦੀ ਹੈ ਤੇਰੇ ਕੰਨ ਦਾ ਇਲਾਜ ਕਰਾਉਣਾ ਪਊਗਾ ਇਹ ਸਾਰੀਆਂ ਗੱਲਾਂ ਬਾਅਦ ਚ ਕਰਾਂਗੇ ਪਹਿਲਾਂ ਦਾਦੀ ਨੂੰ ਗਰਮ ਦੁੱਧ ਪਿਲਾਓ ਹਾਂ ਹਾਂ ਠੀਕ ਹੈ ਆ ਗਈ ਨਾ ਤੇਰੀ ਦਾਦੀ ਜਾਓ ਬੁੱਢੀ ਅੰਮਾ ਨੂੰ ਅੰਦਰ ਲੈ ਕੇ ਜਾਓ ਜਾ ਪੁੱਤਰ ਕੀ ਹੋਇਆ ਮਾਂ ਸੁਣ ਤੂੰ ਤਾਂ ਠੀਕ ਹੈ ਨਾ ਪੁੱਤਰ ਮਾਂ ਮਾਂ ਮੈਂ ਬਿਲਕੁਲ ਠੀਕ ਹਾਂ ਮੈਨੂੰ ਕੁਝ ਵੀ ਨਹੀਂ ਹੋਇਆ ਚਿੰਤਾ ਨਾ ਕਰੋ ਤੁਸੀਂ ਪਹਿਲਾਂ ਦਾਦੀ ਨੂੰ ਅੰਦਰ ਲੈ ਕੇ ਚਲੋ 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 ਅੰਦਰ ਚਲੋ ਹਾਂ 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 ਆਓ ਆਓ ਹਾਂ ਆਰਾਮ ਨਾਲ ਆਰਾਮ ਨਾਲ ਹਾਂ ਹਾਂ ਆ ਜਾਓ ਆ ਜਾਓ ਕਿੰਨੀ ਵਾਰ ਕਿਹਾ ਹੈ ਤੁਸੀਂ ਇਕੱਲੇ ਬਾਹਰ ਨਾ ਜਾਇਆ ਕਰੋ ਇਹ ਗੰਗਾ ਸਨਾਨ ਤਾਂ ਤੁਸੀਂ ਕਿਸੇ ਵੀ ਹਾਲਤ 'ਚ ਛੱਡਣ ਵਾਲੇ ਨਹੀਂ ਹੋ ਨਾ ਇੱਕ ਨਵੀਂ ਤੋਂ ਨਵੀਂ ਮੁਸੀਬਤ ਲੈ ਕੇ ਆਉਂਦੇ ਹੋ ਤੁਸੀਂ ਮਾਂ ਇਹ ਤੁਹਾਡੀ ਸਿਹਤ ਲਈ ਠੀਕ ਨਹੀਂ ਹੈ ਮਾਂ ਮੈਨੂੰ ਪਹਿਲਾਂ ਬੈਠਣ ਦਿਓ ਤੁਹਾਡੀ ਚਿੰਤਾ ਹੁੰਦੀ ਹੈ ਮਾਂ ਸੱਚ ਕਹਿੰਨੀ ਆ ਮਾਂ ਡਰਦੇ ਮਾਰੇ ਤੇ ਸਾਰਿਆਂ ਦੀ ਜਾਨ ਨਿਕਲ ਗਈ ਸੀ ਹਾਂਜੀ ਮਾਤਾ ਜੀ ਸਾਡਾ ਵੀ ਉਹੀ ਹਾਲ ਸੀ ਠੀਕ ਹੈ ਠੀਕ ਹੈ ਤੇ ਜੋ ਵੀ ਗੱਲਾਂ ਕਰਨੀਆਂ ਨੇ ਬੀਬੀ ਜੀ ਅੰਦਰ ਜਾਣ ਕੇ ਉਸ ਤੋਂ ਬਾਅਦ ਕਰਾਂਗੇ ਸੁਣ ਪੁੱਤਰ ਹਾਂ ਉਹ ਕੁੜੀ ਕਿੱਥੇ ਗਈ ਦਾਦੀ ਉਦਾਂ ਬਾਹਰ ਹੀ ਖੜੇ ਨੇ ਬੜੀ ਅਜੀਬ ਗੱਲ ਹੈ ਵਿਚਾਰੀ ਉਦੋਂ ਦੀ ਬਾਹਰ ਹੀ ਖੜੀ ਹੈ ਜਾਓ ਅੰਦਰ ਲੈ ਕੇ ਆਓ ਉਹਨੂੰ ਲੈ ਜਾਓ ਲੈ ਜਾਓ ਇਹਨਾਂ ਨੂੰ ਅੰਦਰ ਲੈ ਜਾਓ ਹਾਂਜੀ ਸੁਣ ਪ੍ਰੀਤੀ ਸਾਡਾ ਕੰਮ ਤੇ ਪੂਰਾ ਹੋ ਗਿਆ ਚੱਲ ਹੁਣ ਆਪਣੇ ਘਰ ਵਾਪਸ ਚਲੀਏ ਹਾਂ ਚੱਲਦੇ ਹਾਂ ਚੱਲ ਅਰੇ ਤੁਸੀਂ ਦੋਨੋਂ ਬਾਹਰ ਕਿਉਂ ਖੜੇ ਹੋ ਅੰਦਰ ਆ ਜਾਓ ਨਾ ਦਾਦੀ ਤੁਹਾਨੂੰ ਬੁਲਾ ਰਹੀ ਹੈ ਅੱਜ ਅਸੀਂ ਅੰਦਰ ਨਹੀਂ ਆ ਸਕਦੇ ਮੈਂ ਕਹਿ ਰਹੀ ਸੀ ਕਿ ਬੀਜੀ ਦੀ ਤਬੀਅਤ ਥੋੜੀ ਖਰਾਬ ਆ ਨਾ ਚੱਲ ਨਾ ਇੱਕ ਵਾਰ ਬੀਜੀ ਨੂੰ ਵੇਖ ਲੈਂਦੇ ਅਸੀਂ ਆ ਜਾਓ ਓਏ ਤੂੰ ਹੁਣੇ ਅੰਦਰ ਜਾਏਂਗੀ ਉਫੋ
ਇਦਾਂ ਦੇ ਘਰ ਤੇ ਜਾਣ ਦਾ ਸੌਭਾਗਯ ਸਾਰਿਆਂ ਨੂੰ ਨਹੀਂ ਮਿਲਦਾ ਹੈ। ਚਲ ਆਪਾਂ ਇੱਕ ਵਾਰ ਜਾ ਕੇ ਵੇਖਦੇ ਹਾਂ। ਐਸੀ ਕਿਹੜੀ ਖਾਸ ਗੱਲ ਹੈ ਇਸ ਘਰ ਵਿੱਚ? ਹਾਏ ਰੱਬਾ, ਇੱਕ ਵਾਰ ਅੰਦਰ ਜਾਵਾਂਗੇ ਤਾਂ ਪਤਾ ਚੱਲੇਗਾ ਨਾ ਕਿ ਇਦਾਂ ਦੇ ਘਰ ਤੇ ਕਿੱਦਾਂ ਲੱਗਦਾ ਆ। ਅਰੇ ਆ ਜਾਓ। ਹਾਂ ਆ ਜਾਓ। आजो, अंदर आजो। ए है साडा घर, ते इधर अंदर की तरफ अंदर नहीं जावेंगी? हाँ, अच्छा तुसी ओ दीन दयाल सिंह जी दे वंशज हो की? हाँ, मतलब दीन दयाल सिंह जी ता मेरे दादा जी दे बापू जी सी। अच्छा, पर तुसी दीन दयाल जी दा नाम किथे सुनिया? हाय रब्बा, किन्ने नहीं सुनिया। उना दा नाते इतिहास दा हर एक बच्चा जानदा आ। ओते किन्ने जाने माने हस्ती सिगे। अच्छा, मतलब तोड़े करते थे बहुत जाने माने लोग आए होने। प्रीति, ये तू की कर रही है? तू इन्हां दी पूरी हिस्ट्री ज्योग्राफी कर दी पई है। हाँ, सुनिया सी के नेताजी भी आंदे सी करे। नेताजी? हाँ, ओ उथे इजी चेयर वेख रहे हो? ओ इजी चेयर ते बैठ दे सी। प्रीति, ओए प्रीति, हाँ? की होया? ओह, की करा? वैसे रविंद्रनाथ जी, हो भी आंदे सी। ਰੁਚੀ, ਮੈਂ ਕੀ ਕਵਾਂ ਤੈਨੂੰ? ਹੋਰ ਨਹੀਂ ਹੋ ਰਿਹਾ ਮੇਰੇ ਤੋਂ। ਕੀ ਹੋਇਆ? ਇਹਨਾਂ ਦੀ ਤਬੀਅਤ ਖਰਾਬ ਹੋ ਰਹੀ ਹੈ ਕਿ? ਨਹੀਂ 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 ਨਹੀਂ, ਕੁਝ ਵੀ ਨਹੀਂ ਹੋਇਆ। ਕਦੀ ਕਦੀ ਹੋ ਜਾਂਦਾ ਹੈ। ਤੈਨੂੰ ਕੁਝ ਹੋ ਰਿਹਾ ਹੈ ਕੀ? ਨਹੀਂ। ਪ੍ਰੀਤੀ, ਹਾਂ, ਸੁਪਨੇ ਦੀ ਦੁਨੀਆ ਵਿੱਚ ਹਕੀਕਤ ਚ ਆ ਜਾ। ਸੋਰੀ, ਉਹ ਹੋਇਆ ਕੀ ਨਾ ਕਿ ਮੈਂ ਐਕਚੁਅਲੀ ਹਿਸਟਰੀ ਨੂੰ ਇੰਨੇ ਇਨਸਾਮ ਨੂੰ ਵੇਖ ਲਿਆ ਕਿ ਮੈਂ ਖੁਦ ਨੂੰ ਰੋਕ ਨਹੀਂ ਪਾਈ। ਉਹ ਮੇਰੇ ਸਰੀਰ ਦੇ ਰੋਂਗਟੇ ਖੜੇ ਹੋ ਗਏ। ਤੁਸੀਂ ਕਿੰਨੇ ਲੱਕੀ ਹੋ ਨਾ ਕਿ ਤੁਸੀਂ ਏਦਾਂ ਦੇ ਘਰ ਤੇ ਰਹਿ ਰਹੇ ਹੋ। ਅਰੇ ਹਾਂ, ਪਹਿਲਾਂ ਤਾਂ ਆ ਕੇ ਸਾਰੇ ਲੋਕ ਚੌਂਕ ਹੀ ਜਾਂਦੇ ਨੇ। ਅੱਛਾ, ਵੈਸੇ ਤੁਸੀਂ ਖੜੇ ਕਿਉਂ? ਬੈਠੋ ਨਾ ਆ ਕੇ।
तुसी खाओ, खत्म करो। नहीं नहीं, क्या सारे नु बहुत दुख लग रहा है ना कि बुढ़ी गंगा च बहन तो बाद वापस जिंदा किवें आ गई। अच्छा माँ, तुसी जो कुछ भी बोल रहे हो ये ठीक नहीं है। हाँ जी माँ, असी सारे ते बहुत ज्यादा डर गए सीगे, साड़ा बहुत खराब हाल हो गया। और तुसी ये सोच किद्दा लिया जे थानो कुछ हो जाऊगा ते असी खुश हो जानगे? बीबी, जिवें जिवें तुहाडी उम्र हुंदी जा रही है तुहाडी सोच भी बदलदी जा रही है। हाँ, बहुतियां दे चेहरे उतर गए ने, ये गल इस बुड्ढी नूं चंगी तरह समझ आ गई है। कार वेच के बड़ा सारा फ्लैट ले लिए, ये तुहाडी शक्ल ते लिखिया है। हाँ जो अंदर आ जो। इस कुड़ी दी वजह नाल ही आज इस बुड्ढी दी जान बच गई। सोनती है, छेती अंदर जाके ना के अपने कपड़े बदला। नहीं नहीं बीजी, ओदी कोई लोड नहीं आ, मैं कार जाके कपड़े चेंज कर लांगी। तू एक चंगी कुड़ी है ना, हुन मैं जो कहनी हूँ सोना। सोनती है, उनु अंदर लेके जा। और मैं तो तेरा ना ही नहीं जानती पुत्र। मेरा नाम प्रीतपाल है बीजी, सारे कोई मनु प्यार नाल प्रीति बुलांदे आ। और आ हैगी रुचि, मेरी फ्रेंड। चल प्रीति दीदी, आ जा। तू इत्थे की खलोती कर रही है, मेरे को आ जा, बह जा। दादी माँ, मैं पूरे घर नु एक बारी वेख सकती हूँ? हाँ, जा जा वेख ला। सुन तू, उन्हें जाके घर वखा। हाँ जी। हाँ हाँ, ले जा, इन्हां नु घर दिखा। आओ जी। सोनी नू रानी है, जाके नू अंदर अपनी एक वधिया जी साड़ी काट के दे दे। मेरी दादी, मैं सच कवाना ते मैं अपने सारे कपड़े धोने वास्ते दे दिते ने, ते रोज दे कपड़े पाण वाले ता किसे नू दे दे नी, ठीक है ना? मैं भी दे दिंदी दादी जी। ओ गल की है, मैं भी अज अपने सारे कपड़े धो दिते। तुसी दोवां ने अपने कपड़े कट्ठे धोण लई दे दिते ने, मैं चंगी तरह समझ गई। वड्डी नू ते विचली नू की क्या साडे कपड़े? पर ए ते घट उम्र दी कुड़ी हैगी, साडे कपड़े कित्थे पाएगी है? मां, मैं दे दियां। ए तुसी की कह रहे हो मम्मी जी, तुहाडी साड़ी ओ कुड़ी पाऊगी? नहीं मतलब ओदी घट उम्र है, तुहाडी साड़ी किवें पाऊगी, इस करके बोलिया। ते हुण की, अपनी साड़ी देनी है हुण मैं। दादी जी, मैं अपने कपड़े दे दिते ने। बहुत सोहनी लगदी, इधर आ मेरे कोल बह। बह जा। देखो बीजी, मैं तुहाडी सारी गल मन ली। तुहाडी गल सुन के चंगी कुड़ी दी जिद्दा ना के सुखे कपड़े भी पा ले। बहुत चंगा कीता तू। तेरे पिता जी की कर देने, ते तेरा घर कित्थे है? मेरे बाऊजी गवर्नमेंट सर्विस ते आ, मैं खरर ते रहंदी आ और असी दो भरा पैण आ। वधिया। लेकिन तुसी सारिया नु वेख के मनु इन्ना चंगा लग रहा है कि तुसी सारे कोई मिलके किन्ने चंगे रहंदे हो। मैनु बहुत चंगा लग रहा सब वेख के, और नाल रहंदा मजा ही कुछ होर हुंदा है ना? लेकिन बीजी, हुण तुहाडी तबीयत ठीक है ना? हां, पहला तो ठीक लग रहा है। ते इहदा मतलब तैनु कट्ठे रहना चंगा लगदा है? हां, बहुत चंगा लगदा है। प्रीति, हुण उठ भी जा। हाँ, वही तो कह रही सी बीजी, हुण असी चलदे आ। कित्थे जाना,
ਪਹਿਲਾਂ ਕੁਝ ਖਾ ਪੀ ਤੇ ਲਾ ਨਹੀਂ ਨਹੀਂ ਬੀਜੀ ਉਹਦੀ ਕੋਈ ਲੋੜ ਨਹੀਂ ਆ ਮੈਨੂੰ ਘਰ ਵੀ ਪਹੁੰਚਣਾ ਆ ਮੈਂ ਕਦੀ ਹੋਰ ਆ ਕੇ ਖਾ ਕੇ ਜਾਵਾਂਗੀ ਤੇ ਫਿਰ ਸੌਰਵ ਤੁਹਾਨੂੰ ਦੋਨਾਂ ਨੂੰ ਘਰ ਛੱਡ ਆਏਗਾ ਨਹੀਂ ਨਹੀਂ ਉਹਦੀ ਕੋਈ ਲੋੜ ਨਹੀਂ ਆ ਅੰਕਲ ਅਸੀਂ ਰਿਕਸ਼ਾ ਲੈ ਕੇ ਚਲੇ ਜਾਵਾਂਗੇ ਤੇ ਹੁਣ ਅਸੀਂ ਚੱਲਦੇ ਆ ਫਿਰ ਕਦੀ ਆਵਾਂਗੇ ਹੈ ਨਾ ਹੁਣ ਅਸੀਂ ਚੱਲਦੇ ਆ ਬੀਜੀ ਅੱਛਾ ਠੀਕ ਹੈ ਬੇਟਾ ਆਰਾਮ ਨਾਲ ਜਾਓ ਚੱਲ ਰਹਿਣ ਦੇ ਪੁੱਤਰ ਚੱਲ ਠੀਕ ਬਸ ਬਸ ਬੇਟਾ ਇਹਦੀ ਕੋਈ ਲੋੜ ਨਹੀਂ ਹੈ ਸੱਚ ਕਹਿ ਰਿਹਾ ਹਾਂ ਅੱਜ ਤੂੰ ਸੀ ਨਾ ਇਸ ਲਈ ਨਹੀਂ ਤਾਂ ਮਾਂ ਦਾ ਪਤਾ ਨਹੀਂ ਕੀ ਹੋਣਾ ਸੀ ਆਰਾਮ ਨਾਲ ਜਾਇਓ ਸੱਚ ਕਹਿ ਰਿਹਾ ਤੁਹਾਡਾ ਸਾਡੇ ਉੱਤੇ ਇਹ ਅਹਿਸਾਨ ਰਹੇਗਾ ਨੀ ਤੂੰ ਇੱਥੇ ਆ ਬੜੀ ਸਿਆਣੀ ਹੋ ਗਈ ਹੈ ਨਾ ਤੂੰ ਹਾਂ ਵੇਖਿਆ ਤੂੰ ਤੂੰ ਵੇਖਿਆ ਨਾ ਪੁੱਤਰ ਇਹਦੀ ਆਦਤ ਬਿਲਕੁਲ ਤੇਰੇ ਪਾਪਾ ਜੀ ਵਰਗੀ ਹੈ ਚੰਗਾ ਮਾਂ ਠੀਕ ਹੈ ਪਾਪਾ ਕੀ ਕਹਿ ਰਹੇ ਸੀ ਤੂੰ ਜਾ ਕੇ ਉਹਨੂੰ ਕੁੜੀ ਨੂੰ ਪਚਾ ਕੇ ਆ ਤੈਨੂੰ ਪੈਟਰੋਲ ਦੇ ਖਰਚੇ ਪਤਾ ਹੈ ਨਾ ਤੇ ਨਾਲੇ ਗੱਡੀ ਦੇ ਵੀ ਖਰਚੇ ਨੇ ਤੇ ਇਹ ਇਹ ਕੁੜੀ ਜਾਨ ਨੇ ਪਛਾਨ ਆਪਣੇ ਕੱਪੜੇ ਦੇ ਦਿੱਤੇ ਉਸ ਕੁੜੀ ਨੂੰ ਹੁਣ ਵਾਪਸ ਨਹੀਂ ਮਿਲਣ ਲੱਗੇ ਸਮਝ ਆਈ ਹੈ ਗੱਲ ਮਾਂ ਪ੍ਰੀਤੀ ਦੀਦੀ ਦੇ ਕੱਪੜੇ ਮੇਰੇ ਤੋਂ ਜ਼ਿਆਦਾ ਮਹਿੰਗੇ ਨੇ ਉਹ ਕੀ ਕਰੇਗੀ ਮੇਰੇ ਕੱਪੜੇ ਲੈ ਕੇ ਜਾ ਆਈ ਵੱਡੀ ਸਿਆਣੀ ਏ ਤੈਨੂੰ ਕਿੰਨੀ ਵਾਰੀ ਕਿਹਾ ਮਾਂ ਦੇ ਅੱਗੇ ਜ਼ੁਬਾਨ ਨਹੀਂ ਲੜਾਣੀ ਓਏ ਪੁੱਤਰ ਮੇਰਾ ਤੇਰੇ ਬਗੈਰ ਬਿਲਕੁਲ ਵੀ ਜੀ ਨਹੀਂ ਲੱਗਦਾ ਮੈਂ ਰਹਿ ਨਹੀਂ ਸਕਦੀ ਤੇਰੇ ਬਗੈਰ ਕੋਈ ਮੇਰਾ ਦੁਖੀ ਨਹੀਂ ਸਮਝਦਾ ਮਾਂ 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 ਤੁਸੀਂ ਕਿਉਂ ਇੰਨੀ ਚਿੰਤਾ ਕਰ ਰਹੇ ਹੋ ਮੈਂ ਹੈਗਾ ਨਾ ਹੈ ਹੁਣ ਤੇਰੇ ਸਿਵਾ ਮੇਰਾ ਇਸ ਦੁਨੀਆ 'ਚ ਹੈ ਹੀ ਕੋਈ ਪੁੱਤਰ